ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਜੀ ਫੋਰਡ ਆਈਕੋਨ 'ਚ ਇੱਕ ਪ੍ਰੋਬਲਮ ਸੀ ਅਤੇ ਜਿਹੜੀ ਸਵੇਰ ਦੀ ਸਟਾਰਟਿੰਗ ਸੀ ਇਹਦੀ ਉਹ ਥੋੜ੍ਹੀ ਜਿਹੀ ਔਖੀ ਸੀ ਇੱਕ ਵਾਰੀ ਚੈੱਕ ਇੰਜਨ ਦੀ ਲਾਈਟ ਆਉਂਦੀ ਸੀ ਸਟਾਰਟ ਔਖੀ ਹੁੰਦੀ ਸੀ ਅਤੇ ਉਸ ਤੋਂ ਬਾਅਦ ਇੱਕ ਵਾਰੀ ਸਟਾਰਟ ਹੋ ਗਈ ਤਾਂ ਵਧੀਆ ਚੱਲੀ ਜਾਂਦੀ ਸੀ ਕੋਈ ਦਿੱਕਤ ਨਹੀਂ ਆਉਂਦੀ ਸੀ ਕੋਈ ਪਿਕਅਪ 'ਚ ਪ੍ਰੋਬਲਮ ਨਹੀਂ ਸੀ ਕੋਈ ਦਿਨ 'ਚ ਸਟਾਰਟਿੰਗ ਦੇ ਇੱਕ ਵਾਰੀ ਜਦੋਂ ਪਹਿਲੀ ਵਾਰ ਸਟਾਰਟ ਕਰਨੀ ਹੈ ਦਿਨ 'ਚ ਉਹ 'ਚ ਪ੍ਰੋਬਲਮ ਆਉਂਦੀ ਸੀ ਸੈਲਫਾਂ ਮਾਰ ਮਾਰ ਬੈਟਰੀ ਵੀ ਡਾਊਨ ਹੁੰਦੀ ਸੀ ਕਈ ਵਾਰ ਫਿਰ ਧੱਕੇ ਨਾਲ ਕਰਦੇ ਸੀ ਅਤੇ 'ਚ ਸਭ ਕੁਛ ਚੈੱਕ ਕਰਨ ਤੋਂ ਬਾਅਦ ਆਇਆ ਇਹਦਾ ਫਿਊਲ ਪ੍ਰੈਸ਼ਰ ਰੈਗੂਲੇਟਰ ਦਾ ਅਤੇ ਉਹ ਕੀਤਾ ਚੇਂਜ ਹੁਣ ਗੱਡੀ ਖੜਾਈ ਹੈ ਆਪਾਂ ਨੇ ਆਪਣੇ ਕੋਲ ਸਵੇਰੇ ਕਰਾਂਗੇ ਸਟਾਰਟ ਅਤੇ ਟਰਾਈ ਲੈ ਕੇ ਆਵਾਂਗੇ ਇਹਦੀ ਹੁਣ ਓਕੇ ਚੱਲਦੀ ਆ ਸੈਂਸਰ 'ਚ ਦਿੱਕਤ ਤਾਂ ਨਹੀਂ ਸਾਰੇ ਕੋਡ ਡਿਲੀਟ ਕਰਤੇ ਇੱਕ ਆਉਂਦਾ ਸੀ ਏਅਰ ਫਲੋ ਦਾ ਇਹਦਾ ਉਹ ਕਰਤੇ ਆਪਾਂ ਨੇ ਡਿਲੀਟ ਅਤੇ ਇਹਦਾ ਕੋਡ ਆਉਂਦਾ ਸੀ P0091 ਅਤੇ P0092 ਅਤੇ ਆਹ ਪਿਆ ਜੀ ਇਹ ਕੀਤਾ ਇਹਦਾ ਚੇਂਜ ਇਹਨੂੰ ਟਰਾਈ ਲੈਂਦੇ ਹਾਂ ਚਲਾਉਂਦੇ ਹਾਂ ਉਸ ਤੋਂ ਬਾਅਦ ਇਹਨੂੰ ਫਿਰ ਆਪਣੀ ਦੁਕਾਨ 'ਤੇ ਹੀ ਖੜਾਵਾਂਗੇ ਸਵੇਰੇ ਦੇਖਦੇ ਹਾਂ ਸਟਾਰਟਿੰਗ ਕਿਵੇਂ ਆ ਕੋਡ ਕਿਹੜੇ ਆਉਂਦੇ ਨੇ ਹੁਣ ਚਲਾ ਕੇ ਦੇਖਦੇ ਹਾਂ ਜੀ ਇਹਨੂੰ ਲੈਂਦੇ ਹਾਂ ਟਰਾਈ ਇਹਦੀ ਲਓ ਜੀ ਦੋਸਤੋ ਦੂਸਰੇ ਦਿਨ ਲਈ ਆਪਾਂ ਨੇ ਸਵੇਰੇ ਵੀ ਸਟਾਰਟ ਕੀਤੀ ਆ ਓਕੇ ਸਟਾਰਟ ਹੋਈ ਆ ਅਤੇ ਟਰਾਈ ਵੀ ਲੈ ਕੇ ਆਏ ਹਾਂ ਉਹ ਵੀ ਠੀਕ ਆ ਅਤੇ ਚੰਦਰ ਪਾਣੀ ਆਉਂਦਾ ਸੀ ਉਹਦੇ ਕਰਕੇ ਖੋਲ੍ਹੀ ਵੀ ਆ ਏ ਸੀ ਵਾਲੀ ਪੈਪ ਚੂਹਿਆਂ ਨੇ ਕੱਟਤੀ ਸੀ ਇਹਦੀ ਉਹ ਧਵਾਈ ਆ ਅਤੇ ਹੁਣ ਫਿੱਟ ਹੋ ਗਈ ਗੱਡੀ ਓਕੇ ਆ ਵੀਡੀਓ ਦੇਖਣ ਲਈ ਧੰਨਵਾਦ